ਫਾਜ਼ਿਲਕਾ ਦੀ ਥਾਣਾ ਸਦਰ ਪੁਲਿਸ ਨੇ ਅਵੈਧ ਰੇਤ ਮਾਈਨਿੰਗ ਦੇ ਆਰੋਪ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ ਕਰਵਾਇਆ ਜਾ ਰਿਹਾ ਮੈਡੀਕਲ ਅਦਾਲਤ ਦੇ ਵਿੱਚ ਕੀਤਾ ਜਾਏਗਾ ਪੇਸ਼ ਥਾਣਾ ਸਦਰ ਦੇ ਏਐਸਆਈ ਨੇ ਦਿੱਤੀ ਜਾਣਕਾਰੀ ਫਾਜ਼ਿਲਕਾ ਦੇ ਵਿੱਚ ਅਵੈਧ ਰੇਤ ਮਾਈਨਿੰਗ ਕਰਨ ਦੇ ਆਰੋਪ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਇਹਨਾਂ ਦੇ ਕੋਲੋਂ ਦੋ ਟਰੈਕਟਰ ਟਰਾਲੀਆਂ ਰੇਤ ਨਾਲ ਭਰੀਆਂ ਹੋਈਆਂ ਬਰਾਮਦ ਕੀਤੀਆਂ ਗਈਆਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਇਹਨਾਂ ਦੇ ਖਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਥਾਣਾ ਸਦਰ ਪੁਲਿਸ ਵੱਲੋਂ ਇਹਨਾਂ ਦਾ ਮੈਡੀਕਲ ਕਰਵਾਇਆ ਗਿਆ ਅਤੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਜਾਏਗਾ ਕੀ ਨਾਂ ਤੁਹਾਡਾ ਨਾਨਕ ਸਿੰਘ ਕੀ ਗੱਲ ਕੀ ਤੁਹਾਨੂੰ ਫੜਿਆ ਕਿਵੇਂ ਮਾਈਨਿੰਗ ਦਾ ਕੀ ਮਾਈਨਿੰਗ ਕੀ ਕੀਤੀ ਹੈ ਰੇਤੇ ਦਾ ਕਿੰਨੇ ਟਰੈਕਟਰ ਟਰਾਲੇ ਕੀਤੇ ਹੈ ਟਰੈਕਟਰ ਟਰਾਲੇ ਥਾਣੇ 'ਚ ਔਰ ਕਿੰਨੇ ਟਰੈਕਟਰ ਸੀਗੇ ਤੁਹਾਡੇ ਕੋਲ ਦੋ ਟਰੈਕਟਰ ਸੀਗੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਕੰਮ ਕਾਹਦਾ ਇਹੀਓ ਕੁਝ ਟਾਈਮ ਹੀ ਹੋਇਆ ਅੱਛਾ ਯਾਨੀ ਕਿ ਪਹਿਲਾਂ ਹੀ ਸੀਗਾ ਪਹਿਲਾਂ ਹੀ ਸੀਗਾ ਹਾਂ ਪਹਿਲਾਂ ਨਹੀਂ ਕਰਦੇ ਸੀ ਕੰਮ ਨਹੀਂ ਪਹਿਲਾਂ ਵੀ ਕਰਦੇ ਸੀ ਪਹਿਲਾਂ ਕਿੱਥੋਂ ਕਰਨਾ ਅੱਛਾ ਕਿੰਨੇ ਜਣੇ ਹੈਗੇ ਸੀ ਹਾਂ ਕਿੰਨੇ ਜਣੇ ਸੀ ਕਿੰਨੇ ਜਣੇ ਸੀ ਤੁਸੀਂ ਅਸੀਂ ਦੋ ਜਣੇ ਸੀਗੇ ਅੱਛਾ ਪਹਿਲਾਂ ਕਰੀ ਤਾਂ ਬਾਕੀ ਪਰਚੀ ਤੇ ਲੈ ਕੇ ਆਈਦਾ ਸੀ ਤੇ ਹੁਣ ਦੋ ਨੰਬਰ ਦਾ ਸ਼ੁਰੂ ਕਰਤਾ ਜੀ ਦੋ ਨੰਬਰ ਦਿਖਾਦਾ ਇਹ ਬਸ ਇੱਕ ਜਿਵੇਂ ਅੱਗਾ ਵੰਗਾਰਾ ਦੇਣੀਆਂ ਪੈਂਦੀਆਂ ਨੇ ਉਸ ਚੱਕਰ 'ਚ ਭਰਿਆ ਸੀ ਕਿੰਨ ਕਿੰਨ ਵੰਗਾਰਾ ਦਿੰਦੇ ਜੇ ਉਹ ਕਿੰਨਾ ਨੂੰ ਗਿਆ ਨਹੀਂ ਕਿੰਨਾ ਦਿੰਦੇ ਚਲੋ ਛੱਡੋ ਬਰਾ ਤੁਹਾਡਾ ਐਸਆਈ ਮਿਲਖਰਾਜ ਜੀ ਸਰ ਕਿਸ ਸਦਰ ਫਾਇਲ ਇਹ ਜਿਹੜੇ ਮੁਜਰਮ ਸਾਹਿਬ ਤਿੰਨ ਫੜੇ ਕਿਸ ਮਾਮਲੇ 'ਚ ਫੜੇ ਇਹਨਾਂ ਕੋਲ ਜੀ ਨਜਾਇਜ਼ ਮਾਈਨਿੰਗ ਦੇ ਦੋ ਟਰੈਕਟਰ ਟਰਾਲੇ ਫੜੇ ਭਰੇ ਹੋਏ ਜੀ ਇਹ ਕਦੋਂ ਫੜੇ ਸੀਗੇ ਜੀ ਕੱਲ੍ਹ ਜੀ ਦੋ 28 ਦੋ ਹੁਣ ਕਿੱਥੇ ਲੈ ਕੇ ਚੱਲੇ ਹੋ ਇਹਨਾਂ ਨੂੰ ਹੁਣ ਇਹਨਾਂ ਦਾ ਮੈਡੀਕਲ ਕਰਵਾ ਕੇ ਕੋਰਟ 'ਚ ਪੇਸ਼ ਕਰਨਾ ਜੀ ਅਤੇ ਹੁਣ ਕੀ ਰਿਮਾਂਡ ਵਗੈਰਾ ਲੈਣਗੇ ਰਿਮਾਂਡ ਜੁਡੀਸ਼ਲ ਹੀ ਲਿਖਿਆ ਜੀ ਜੀ ਅਤੇ ਇਸ ਤੋਂ ਬਾਅਦ ਕਿੱਥੇ ਭੇਜਿਆ ਜਾਏਗਾ ਇਸ ਤੋਂ ਬਾਅਦ ਜੇਲ੍ਹ ਜੀ